ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਲਾਕਾਰਾਂ ਦੀ ਜ਼ਿੰਦਗੀ ਸ਼ਾਇਦ ਸਾਨੂੰ ਦੇਖਣ ਨੂੰ ਨਹੀਂ ਮਿਲਦੀਆਂ ਉਹਨਾਂ ਦੀ ਪਰਸਨਲ ਲਾਈਫ ਪਰਦੇ ਦੇ ਪਿੱਛੇ ਦੀ ਕਹਾਣੀ ਇੱਕ ਕਲਾਕਾਰ ਬਣਦਾ ਕਿਵੇਂ ਆ ਕਿਸੇ ਤਰੀਕੇ ਹਾਲਾਤ ਇਹ ਜਿ ਇਹ ਜ ਬਣ ਜਾਂਦੇ ਆ ਕਿ ਮਲਾਦਾ ਕਿ ਯਾਰ ਬਾਹਰ ਜਾਣਾ ਇਸ ਬੈਟਰ ਜਿਵੇਂ ਇੱਕ ਕਹਿੰਦੇ ਕਿ ਟੁੱਟੇ ਬੰਦੇ ਨੂੰ ਕੋਈ ਰਾਹ ਲੱਗ ਜੇ ਉਹਨੂੰ ਉਹਨੂੰ ਹੀ ਮੰਜ਼ਲ ਲੱਗਦੀ ਹੈ ਪਿੰਜਰੇ ਦੇ ਵਿੱਚ ਕੈਦ ਰਹਿਣ ਦੀ ਆਦਤ ਨਹੀਂ ਸੀ ਉਹਨੂੰ ਉਮਰਾਂ ਦੇ ਲਈ ਫੈਜ਼ ਰਹਿਣ ਦੀ ਆਦਤ ਨਹੀਂ ਸੀ ਉਹ ਨੂੰ ਐਸਾ ਇਸ਼ਕ ਦੇ ਹੱਥੇ ਚੜਿਆ ਜ਼ਿੰਦਗੀ ਇਸ਼ਕ ਤੋਂ ਵਾਰ ਗਿਆ ਪਰਿੰਦਾ ਵਾਰ ਗਿਆ ਉਡਾਰੀ ਮਾਰ ਗਿਆ ਮੈਂ ਪਹਿਲਾ ਕਲਾਕਾਰ ਆ ਮੈਂ ਪਹਿਲਾ ਸਿੰਗਰ ਆ ਫਿਰ ਅਦਾਕਾਰ ਆ ਪਰਿੰਦਾ ਪਾਰ ਗਿਆ ਪਹਿਲਾਂ ਐਕਚੁਅਲੀ ਇਸ ਫਿਲਮ ਦਾ ਅਸੀਂ ਟਾਈਟਲ ਰੱਖਿਆ ਸੀ ਸੁਪਰਸਟਾਰ ਤੇ ਫਿਰ ਸਾਰੇ ਮੈਂ ਵੈਸੇ ਅੱਜ ਵੀ ਇਹ ਚਾਹਨਾ ਕਿ ਮਤਲਬ ਇਹ ਫਿਲਮ ਸੁਪਰਸਟਾਰ ਟਾਈਟਲ ਜਿਆਦਾ ਸੂਟ ਕਰਦਾ ਪਰ ਸਾਰਿਆਂ ਨੂੰ ਲੱਗਦਾ ਸੀਗਾ ਕਿ ਯਾਰ ਪੰਜਾਬ ਇੰਗਰੇਜ਼ੀ ਸ਼ਬਦ ਨਾਲ ਉਹਨਾਂ ਕਨੈਕਟ ਨਹੀਂ ਕਰਦੇ ਘਰ ਛੱਡਣਾ ਇੰਨਾ ਸੌਖਾ ਨਹੀਂ ਮਤਲਬ 100 ਕਿਲੋ ਦਾ ਜਿਗਰਾ ਚਾਹੀਦਾ ਆਪਣੇ ਮਾਪਿਓ ਨੂੰ ਔਰ ਆਪਣੇ ਲੋਕਾਂ ਨੂੰ ਛੱਡ ਕੇ ਜਾਣ ਦਾ ਦੂਜਾ ਮੈਨੂੰ ਲੱਗਦਾ ਕਿ ਕਿਤਨਾ ਕਿਤੇ ਅਸੀਂ ਸ਼ਾਇਦ ਜਿਆਦਾ ਲਗਜ਼ਰੀ ਵੱਲ ਭੱਜ ਰਹੇ ਹਾਂ ਨਾ ਕਿ ਜੇ ਬੰਦਾ ਇੰਡੀਆ ਜਰ ਇੰਡੀਆ ਰਹਿ ਕੇ ਅਮਰੂਤੀ ਦੀ ਗੱਡੀ ਸੌਖੀ ਲੈ ਸਕਦਾ ਤਾਂ ਉਹਨੂੰ ਦਿਸਦਾ ਕਿ ਯਾਰ ਉੱਥੇ ਜਾ ਕੇ ਮੈਂ ਰੇਂਜ ਰੋਵਰ ਲੈ ਲਊਗਾ ਦੋਸਤੋ 24 ਨਵੰਬਰ ਨੂੰ ਪੰਜਾਬ ਦੀ ਲੋਕਾਂ ਵਾਸਤੇ ਇੱਕ ਖਾਸ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਪਰਿੰਦਾ ਪਾਰ ਗਿਆ ਹਰ ਕੋਈ ਜਾਨਣਾ ਚਾਹੁੰਦਾ ਹੋਏਗਾ ਕਿ ਇਸ ਫਿਲਮ ਦੇ ਵਿੱਚ ਖਾਸ ਕੀ ਹੈ ਤਾਂ ਤੁਹਾਡਾ ਇੰਤਜ਼ਾਰ ਖਤਮ ਕਰ ਦਿੰਦੇ ਆ ਸਾਡੇ ਨਾਲ ਪਰਿੰਦਾ ਪਾਰ ਗਿਆ ਫਿਲਮ ਦੇ ਮੇਨ ਕਲਾਕਾਰ ਗੁਰਨਾਮ ਪੁੱਲਰ ਜੀ ਮੌਜੂਦ ਹੈ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਉੱਤੇ ਸਕਾ ਇਹ ਸਭ ਤੋਂ ਪਹਿਲੇ ਮੈਂ ਦੱਸੋ ਕਿ ਫਿਲਮ ਦੇ ਵਿੱਚ ਖਾਸ ਅਸੀਂ ਕੀ ਲੈ ਕੇ ਆਏ ਪੰਜਾਬ ਦੀ ਲੋਕਾਂ ਵਾਸਤੇ ਇਹ ਫਿਲਮ ਇੱਕ ਕਲਾਕਾਰ ਦੀ ਕਹਾਣੀ ਹੈ ਜੀ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਲਾਕਾਰਾਂ ਦੀ ਜ਼ਿੰਦਗੀ ਚ ਸ਼ਾਇਦ ਸਾਨੂੰ ਦੇਖਣ ਨੂੰ ਨਹੀਂ ਮਿਲਦੀਆਂ ਉਹਨਾਂ ਦੀ ਪਰਸਨਲ ਲਾਈਫ ਪਰਦੇ ਦੇ ਪਿੱਛੇ ਦੀ ਕਹਾਣੀ ਇੱਕ ਕਲਾਕਾਰ ਬਣਦਾ ਕਿਵੇਂ ਆ ਕਿਵੇਂ ਕੋਈ ਸਟਾਰ ਬਣਦਾ ਉਹ ਦਿੱਲੀ ਉਹਦੀ ਉਹਦੀ ਜ਼ਿੰਦਗੀ ਚ ਸਟਾਰ ਬਣਨ ਦੀ ਕੀ ਅਹਿਮੀਅਤ ਆ ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਆਲਰੇਡੀ ਨਹੀਂ ਦੇਖੇਆਂ ਇਸ ਫਿਲਮ ਦੇ ਰਾਹੀਂ ਦੇਖੋਗੇ ਅੱਛਾ ਮੈਂ ਟ੍ਰੇਲਰ ਦੇਖਤਾ ਪਸੀ ਇਹਦੇ ਵਿੱਚ ਪਹਿਲੇ ਸਿੰਪਲ ਜਿਹਾ ਹੁੰਦਾ ਹੈ ਬੰਦਾ ਜਿਹੜਾ ਮੇਨ ਕਲਾਕਾਰ ਯਾਨੀ ਕਿ ਤੁਸੀਂ ਪਹਿਲੇ ਸਿੰਪਲ ਜੁ ਹੁੰਦੇ ਹੋ ਬਸ ਬਾਹਰ ਚਲੇ ਜਾਂਦੇ ਜੇ ਵਾਲਾ ਨੂੰ ਕਲਰ ਹੋ ਜਾਂਦਾ ਵਕਤ ਵਕਤ ਕੇ ਸਟਾਈਲ ਜਿਹੜਾ ਵਾ ਉਹ ਪੂਰਾ ਬਦਲ ਜਾਂਦਾ ਜੀ ਜੀ ਉਹ ਚੇਂਜ ਹੈ ਜੀ ਆਫਕੋਰਸ ਕਿ ਉਹੀ ਜਰਨੀ ਹੈ ਕਿ ਇੱਕ ਬੰਦਾ ਥੋੜਾ ਪਨ ਉਹ ਹੀ ਲੈਂਦਾ ਉਹਦੀ ਹਾਂ ਜੀ ਹਾਂ ਜੀ ਉਹੀ ਜਰਨੀ ਹੈ ਕਿ ਇੱਕ ਕਲਾਕਾਰ ਦੀ ਕਹਾਣੀ ਕਿ ਕਿਵੇਂ ਕਾਮ ਬੰਦਾ ਸਟਾਰ ਬਣਦਾ ਕਿਵੇਂ ਬਣਦਾ ਉਸ ਤੋਂ ਬਾਅਦ ਕੀ ਹੁੰਦਾ ਹਮਮ अच्छा <laughs> बाहर जांदा सफर जेड़ा वा इस फिल्म ਦੇ ਵਿੱਚ ਕਿਸ ਤਰੀਕੇ ਦਾ ਤੈਅ ਕੀਤਾ ਗਿਆ ਕਿਉਂਕਿ ਬੜੇ ਪੰਜਾਬ ਦੇ ਨੌਜਵਾਨ ਨੇ ਬਾਹਰ ਜਾਣ ਨੂੰ ਲੋਚਦੇ ਨੇ ਕਿ ਕਿਸੇ ਤਰੀਕੇ ਬਾਹਰ ਨਿਕਲ ਜੀਏ ਪਰ ਮੁਸ਼ਕਲਾਂ ਔਂਕੜਾ ਬੜੀਆਂ ਆਂਦੀਆਂ ਨੇ ਤੁਹਾਨੂੰ ਫਿਲਮ ਵਿੱਚ ਕਿੰਨੀਆਂ ਔਂਕੜਾਂ ਆਈਆਂ ਸੀ ਸ਼ੁਰੂਆਤ ਉਤੋਂ ਜਾਂਦੋ ਫਿਲਮ ਦੀ ਸਟੋਰੀ ਦੇ ਵਿੱਚ ਪੁੱਛ ਰਹੇ ਹੋ ਜਾਂ ਹਾਂ ਸਟੋਰੀ ਦੇ ਵਿੱਚ ਇਹਦੇ ਵਿੱਚ ਅਸੀਂ ਇਹੀ ਚੰਕ ਦਿਖਾਇਆ ਕਿ ਕਿਸੇ ਕਿਸੇ ਵੇ ਨਾਲ ਉਹ ਬਾਹਰ ਪਹੁੰਚ ਜਾਂਦਾ ਉਹ ਤਰੀਕਾ ਜੇ ਮੈਂ ਮੈਂ ਦੱਸ ਦੂੰਗਾ ਸ਼ਾਇਦ ਕਿਤੇ ਸਟੋਰੀ ਦਾ ਮੈਂ ਨਹੀਂ ਚਾਹੁੰਦਾ ਕਿ ਮੈਂ ਕੁਝ ਰੀਵील ਕਰਾਂ ਪਰ ਹਾਂ ਕਿ ਕਿਸੇ ਤਰੀਕੇ ਹਾਲਾਤ ਇਹੋ ਜਿਹੇ ਇਹੋ ਜੇ ਬਣ ਜਾਂਦੇ ਆ ਕਿ ਉਹਨੂੰ ਲੱਗਦਾ ਕਿ ਯਾਰ ਬਾਹਰ ਜਾਣਾ ਇਸ ਬੈਟਰ ਤੇ ਜਿਵੇਂ ਅੱਜਕੱਲ ਬਹੁਤ ਸਾਰਿਆਂ ਦੇ ਕੋਲ ਜਦੋਂ ਕੁਝ ਨਹੀਂ ਹੁੰਦਾ ਕੋਈ ਆਪਸ਼ਨ ਨਹੀਂ ਹੁੰਦੀ ਜ਼ਿੰਦਗੀ 'ਚ ਤਾਂ ਜਿਵੇਂ ਇੱਕ ਕਹਿੰਦੇ ਕਿ ਟੁੱਟੇ ਬੰਦੇ ਨੂੰ ਕੋਈ ਰਾਹ ਲੱਗ ਜੇ ਉਹਨੂੰ ਉਹਨੂੰ ਉਹੀ ਮਨਜ਼ਰ ਲੱਗਦੀ ਹੈ ਹਨਾ ਤੇ ਬਸ ਇਸ ਤਰ੍ਹਾਂ ਹੀ ਕਿ ਉਹਦੀ ਲਾਈਫ 'ਚ ਕੁਝ ਇਦਾਂ ਦਾ ਹੁੰਦਾ ਹੈ ਕਿਉਂ ਲਾਦਾ ਕਿ ਬਸ ਠੀਕ ਹੈ ਮੈਨੂੰ ਜਿੱਧਰ ਜ਼ਿੰਦਗੀ ਲੈ ਜਾਏ ਬਸ ਠੀਕ ਹੈ ਅੱਛਾ ਗੁਦਾਮ ਜੀ ਬਹੁਤ ਪੰਜਾਬ ਨੂੰ ਬਹੁਤ ਹਿੱਟ ਗਾਣੇ ਤੁਸੀਂ ਦਿੱਤੇ ਨੇ ਫਿਰ ਸੁਪਰ ਹਿੱਟ ਫਿਲਮਾਂ ਵੀ ਦਿੱਤੀਆਂ ਨੇ ਇਹਦੇ ਵਿੱਚ ਉਹਨਾਂ ਤੋਂ ਹਟ ਕੇ ਸਭ ਕੁਝ ਰਹੇਗਾ ਇਸ ਫਿਲਮ ਚ ਗਾਣੇ 뮤직 ਸਕ੍ਰੀਨਪਲੇ ਇਵਨ ਕੇ ਕੋਸਟਿਮ ਆਰਟਵਰਕ ਹਰ ਚੀਜ਼ ਤੁਹਾਨੂੰ ਮਤਲਬ ਮੇਰੀ ਕਿਸੇ ਫਿਲਮ ਚ ਤੁਸੀਂ ਇਦਾਂ ਦਾ ਕੁਝ ਨਹੀਂ ਦੇਖਿਆ ਹੋਇਆ ਜਿਆਦਾ ਸ਼ੂਟਿੰਗ ਇੱਥੇ ਇਸ ਫਿਲਮ ਦੀ ਜਿਹੜੀ ਕਿਹੜੀ ਜਗ੍ਹਾ ਇਹਦਾ ਜਿਆਦਾ ਸ਼ੂਟ ਮਤਲਬ ਬਹੁਤ ਸਾਰਾ ਸ਼ੂਟ ਯੂਕੇ ਚ ਵੀ ਹੋਇਆ ਤੇ ਬਰਾਬਰ ਸ਼ੂਟਿੰਗ ਮਤਲਬ ਅੱਧੇ ਅੱਧੇ ਦੇਣ 50% ਸ਼ੂਟ ਯੂਕੇ ਚ আর 50% ਇੰਡੀਆ ਚ ਪੰਜਾਬ ਦੇ ਲੋਕ ਆਵਾਜ਼ ਹਮੇਸ਼ਾ ਸੁਣਨਾ ਚਾਹੁੰਦੇ ਚਾਹੇ ਤੁਹਾਡੇ ਪੰਜਾਬੀ ਗੀਤ ਹੋਣ ਤਾਂ ਇਹ ਵੀ ਉਹ ਜਾਣਨਾ ਚਾਹੁੰਦੇ ਨੇ ਕਿ ਜੇਕਰ ਕੋਈ ਫਿਲਮ ਆ ਰਹੀ ਹੈ ਗੁਰਨਾਮ ਪੁੱਲਰ ਦੀ ਤਾਂ ਉਹਦੇ ਵਿੱਚ ਆਪ ਕੋਈ ਗੀਤ ਗਾਇਆ ਜੇ ਗਾਇਆ ਤਾਂ ਕੀ ਹੈ ਉਹਦੇ ਬੋਲ ਇਹਦੇ ਚ ਸਾਰੇ ਗਾਣੇ ਮੈਂ ਗਾਏ ਨੇ ਜੀ ਫਿਲਮ ਦੇ ਵਿੱਚ ਔਰ ਕੁਝ ਗਾਣੇ ਗੁਰਨਜ਼ਰ ਚੱਠਾ ਉਹਨਾਂ ਨੇ ਗਾਏ ਨੇ ਤੇ ਪਰਿੰਦਾ ਪਾਰ ਗਿਆ ਟਾਈਟਲ ਟਰੈਕ ਵੀ ਮੈਂ ਹੀ ਗਾਇਆ ਮੈਂ ਚਾਹਾਂਗਾ ਕਿ ਦੋ ਲੈਣਾ ਉਸ ਜੀ ਓ ਬੰਜਰੇ ਦੇ ਵਿੱਚ ਕੈਦ ਰਹਿਣ ਦੀ ਆਦਤ ਨਹੀਂ ਸੀ ਓ ਨੂੰ ਉਮਰਾਂ ਦੇ ਲਈ ਫੈਜ਼ ਰਹਿਣ ਦੀ ਆਦਤ ਨਹੀਂ ਸੀ ਓ ਨੂੰ ਐਸਾ ਇਸ਼ਕ ਦੇ ਹੱਥੇ ਚੜਿਆ ਜ਼ਿੰਦਗੀ ਇਸ਼ਕ ਤੋਂ ਵਾਰ ਗਿਆ ਪਰندہ ਪਾਰ ਗਿਆ ਉਡਾਰੀ ਮਾਰ ਗਿਆ ਕਿਆ ਬਾਤ ਹੈ اچھا ਗੁਨਾਮ ਜੀ ਆ ਦੱਸੋ ਫਿਲਮਾਂ ਵਿੱਚ ਜ਼ਿਆਦਾ ਰਿਸਪੌਂਸ ਵਧੀਆ ਮਿਲਦਾ ਪਿਆ ਪੰਜਾਬ ਦੇ ਲੋਕਾਂ ਦਾ ਤੁਹਾਨੂੰ ਜਾਂ ਫਿਰ ਪੰਜਾਬੀ ਗੀਤਾਂ ਵਿੱਚ ਜ਼ਿਆਦਾ ਮਿਲਿਆ ਸੀ ਗੀਤ ਮੇਰੇ ਮੇਰੀ ਪਹਿਲੀ ਪਸੰਦ ਮੈਂ ਹਮੇਸ਼ਾ ਇਹੀ ਕਹਿਣਾ ਕਿ ਔਰ ਮੈਂ ਫੀਲ ਕਰਦਾ ਅੰਦਰੋਂ ਕਿ ਮੈਂ ਪਹਿਲਾ ਕਲਾਕਾਰ ਆ ਮੈਂ ਪਹਿਲਾ ਸਿੰਗਰ ਆ ਫਿਰ ਅਦਾਕਾਰ ਆ ਤੇ ਹਮੇਸ਼ਾ ਮੇਰੀ 뮤직 ਮੇਰੇ ਲਈ ਹਮੇਸ਼ਾ ਸਭ ਤੋਂ ਉੱਤੇ ਰਹੇਗਾ ਪਰ ਮੈਂ ਬਹੁਤ ਖੁਸ਼ਕਿਸਮਤ ਆ ਬਹੁਤ ਸ਼ੁਕਰਗੁਜ਼ਾਰ ਆ ਸਾਰੇ ਸਰੂਤਿਆਂ ਦਾ ਕਿ ਉਹਨਾਂ ਨੇ ਮੈਨੂੰ ਬਤੌਰ ਅਦਾਕਾਰ ਵੀ ਉਨੀ ਤਰਜੀਹ ਦਿੱਤੀ ਔਰ ਉਸੇ ਵੇਲੇ ਨਾਲ ਕਬੂਲ ਕੀਤਾ ਔਰ ਦੋਨੇ ਚੀਜ਼ਾਂ ਮੈਂ ਹੁਣ ਬਰਾਬਰਲੀ ਕਰ ਰਿਹਾ ਮਤਲਬ ਸੇਮ ਟਾਈਮ ਤੇ ਫਿਲਮਾਂ ਵੀ ਆ ਰਹੀਆਂ ਨੇ ਗਾਣੇ ਵੀ ਆਉਂਦੇ ਜਾਂਦੇ ਨੇ ਪਰ ਮੈਂ ਗਾਣਿਆਂ ਤੇ ਫਿਲਮਾਂ ਨੂੰ ਅਲੱਗ ਰੱਖਦਾ ਮਤਲਬ ਇਹ ਨਹੀਂ ਕਿ ਆ ਕਿ ਮੈਂ ਸਿਰਫ ਫਿਲਮਾਂ ਕਰ ਰਿਹਾ ਤਾਂ ਮਿਊਜ਼ਿਕਲੀ ਟਾਈਮ ਨਹੀਂ ਕੱਢਦਾ ਮੋਲੇ ਮੈਨੂੰ ਇਹ ਹੁੰਦਾ ਕਿ ਜੇ ਫਿਲਮ ਆਈ ਤਾਂ ਨਾਲ ਨਾਲ ਐਲਬਮ ਵੀ ਆਵੇ ਜਾਂ ਸਿੰਗਲ ਟਰੈਕ ਵੀ ਆਉਣ ਸਮੇਂ ਪੈਰਲਲ ਹੀ ਕੰਮ ਕਰਦਾ ਰਹਿੰਦਾ ਇਹਨਾਂ ਦੋਨਾਂ ਦੇ ਅੱਛਾ ਮੇਰਾ ਸਵਾਲ ਪੰਜਾਬ ਦੇ ਨਾਲ ਜੁੜਿਆ ਹੀ ਹੈ ਨਾਲ ਤੁਹਾਡੀ ਫਿਲਮ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਤੇ ਪੰਜਾਬ ਦੇ ਜਿਹੜੇ ਮੁੰਡੇ ਨੇ ਮੁੰਡੇ ਕੁੜੀਆਂ ਜ਼ਿਆਦਾਤਰ ਤੁਹਾਨੂੰ ਕੀ ਲੱਗਦਾ ਬਾਹਰ ਦਾ ਰੁਖ ਕਿਉਂ ਕਰਦੇ ਨੇ ਕੀ ਲੱਗਦਾ ਹੈ ਕਿ ਇਹ ਸਹੀ ਕੁਝ ਤਾਂ ਯਾਰ ਮੈਨੂੰ ਇਹ ਲੱਗਦਾ ਕਿ ਅ ਕੁਝ ਤੱਕ ਕਿਤੇ ਨਾ ਕਿਤੇ ਸਾਰਿਆਂ ਦੀ ਜ਼ਿੰਦਗੀ 'ਚ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਕਰ ਛੱਡਣਾ ਇੰਨਾ ਸੌਖਾ ਨਹੀਂ ਮਤਲਬ 100 ਕਿਲੋ ਦਾ ਜਿਗਰਾ ਚਾਹੀਦਾ ਆਪਣੇ ਮਾਪਿਓ ਨੂੰ ਔਰ ਆਪਣੇ ਲੋਕਾਂ ਨੂੰ ਛੱਡ ਕੇ ਜਾਣ ਦਾ ਦੂਜਾ ਮੈਨੂੰ ਲੱਗਦਾ ਹੈ ਕਿ ਕਿਤਨਾ ਕਿਤੇ ਅਸੀਂ ਸ਼ਾਇਦ ਜਿਆਦਾ ਲਗਜ਼ਰੀ ਵੱਲ ਭੱਜ ਰਹੇ ਹਾਂ ਹਨਾ ਕਿ ਜੇ ਬੰਦਾ ਇੰਡੀਆ ਚ ਇੰਡੀਆ ਰਹਿ ਕੇ ਮਰੂਤੀ ਦੀ ਗੱਡੀ ਸੌਖੀ ਲੈ ਸਕਦਾ ਤਾਂ ਉਹਨੂੰ ਦਿਸਦਾ ਕਿ ਯਾਰ ਉੱਥੇ ਜਾ ਕੇ ਮੈਂ ਰੇਂਜ ਰੋਵਰ ਲੈ ਲੂੰਗਾ ਉਸ ਸਨੈਪਚੈਟਾਂ ਉਂ ਭੇਡ ਚਾਲ ਦੀ ਭੇਟ ਵੀ ਚੜ ਜੇ ਇੱਥੇ ਵੀ ਕਰੇ ਤੇ ਲੈ ਸਕਦਾ ਤਾਂ ਤੇ ਪਰ ਹਾਂ ਉੱਥੇ ਕੰਪੈਟੇਟਿਵਲੀ ਈਜ਼ੀ ਈਜ਼ੀਲੀ ਮਿਲ ਜਾਂਦੀਆਂ ਚੀਜ਼ਾਂ ਹਨਾ ਕਿਉਂਕਿ ਅਪਰਚੂਨਿਟੀਆਂ ਜ਼ਿਆਦਾ ਨਹੀਂ ਉਹ ਮੁਲਕ ਡਿਵੈਲਪਡ ਨਹੀਂ ਸਾਡੇ ਨਾਲ ਉਹਨਾਂ ਦਾ ਸਿਸਟਮ ਜ਼ਿਆਦਾ ਬੈਟਰ ਹੈ। ਅ ਬਾਕੀ ਯਾਰ ਮੈਨੂੰ ਇਹ ਲੱਗਦਾ ਵੀ ਸੋਚ ਦੇ ਵਿੱਚ ਵੀ ਜਿਵੇਂ ਕਿਤੇ ਨਾ ਕਿਤੇ ਗਾਈਡੈਂਸ ਵੀ ਉਵੇਂ ਨਹੀਂ ਮਿਲ ਰਹੀ ਹਨਾ ਜੇ ਬੱਚੇ ਨੇ ਕਹਦਾ ਮੈਂ ਬਾਹਰ ਜਾਣਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਕੋਈ ਬੰਦਾ ਬਿਠਾ ਕੇ ਸਮਝਾਉਂਦਾ ਹੋਊਗਾ ਕਿ ਯਾਰ ਦੇਖ ਤੇਰੇ ਕੋਲ ਆ ਵੀ ਆਪਸ਼ਨ ਆ ਤੂੰ ਚੰਗਾ ਸਪੋਰਟਸ 'ਚ ਕਰ ਸਕਦਾ ਤੂੰ। ਆਈਪੀਐਸ ਆਫਸਰ ਬਣ ਸਕਦਾ ਤੂੰ ਆਈਟੀ ਆਈਟੀ ਸੈਕਟਰ ਚ ਜਾ ਸਕਦਾ ਤੂੰ ਆਰਟਿਸਟ ਬਣ ਸਕਦਾ ਤੂੰ ਤੂੰ ਵੀਐਫਐਕਸ ਕਰ ਸਕਦਾ ਤੂੰ ਫਿਲਮ ਲਾਈਨ ਚ ਜਾ ਸਕਦਾ ਫਿਲਮਾਂ ਬਹੁਤ ਸ਼ੂਟ ਹੋ ਰਹੀਆਂ ਨੇ ਤੂੰ ਪੋਲਿਟਿਕਸ ਜੁਆਇਨ ਕਰ ਸਕਦਾ ਮੈਨੂੰ ਲੱਗਦਾ ਕਿ ਉਹਨੂੰ ਇਹ ਆਪਸ਼ਨਾਂ ਦੱਸਦਾ ਹੋਊਗਾ ਬਸ ਜੇ ਬੱਚੇ ਨੇ ਕਹਿਦਾ ਵੀ ਮੈਂ ਇਵਨ ਕੇ ਮਾਂ ਪਿਓ ਪਹਿਲਾਂ ਹੀ ਕਹਿ ਦਿੰਦੇ ਵੀ ਇਹਨੇ ਬਾਅਦ 12ਵੀਂ ਤੋਂ ਬਾਅਦ ਬਾਹਰ ਜਾਣਾ ਹੈ ਹਾਂ ਕਿ ਮੈਨੂੰ ਲੱਗਦਾ ਵੀ ਉਹ ਮਾਹੌਲ ਵੀ ਇਦਾਂ ਦਾ ਬਣਾਇਆ ਜਾ ਰਿਹਾ ਕੋਈ ਰੋਕਦਾ ਹੀ ਨਹੀਂ ਕਿ ਬੱਚਿਆਂ ਨੂੰ ਸਮਝਾਉਂਦਾ ਹੀ ਨਹੀਂ ਸ਼ਾਇਦ ਕਿ ਆ ਵੀ ਤਰੀਕੇ ਹੈਗੇ ਆ ਇੱਥੇ ਕੰਮ ਕਰਨ ਦੇ ਗੁਰਨਾ ਜੀ ਪਰਿੰਦਾ ਪ ਫਿਲਮ ਦਾ ਟਾਈਟਲ ਬਹੁਤ ਵਧੀਆ ਹੈ ਇਹ ਇਸੇ ਚੀਜ਼ ਨੂੰ ਲੈ ਕੇ ਅਸੀਂ ਟਾਈਟਲ ਇਹਦਾ ਰੱਖਿਆ ਕਿ ਜਿਸ ਤਰ੍ਹਾਂ ਬਾਹਰ ਨੌਜਵਾਨ ਪਰ ਜਾਂਦੇ ਬਿਲਕੁਲ ਇਹਦੇ ਸਿਰਫ ਟਾਈਟਲ ਇਸ ਗੱਲ ਕਰਕੇ ਨਹੀਂ ਆ ਕਿ ਨੌਜਵਾਨ ਬਾਹਰ ਜਾ ਰਹੇ ਹਨ ਇਮੀਗ੍ਰੇਸ਼ਨ ਦੇ ਰਿਲੇਟਿਡ ਇਹ ਫਿਲਮ ਬਹੁਤ ਘੱਟ ਹੈ ਹਨਾ 2% ਹੋਏਗੀ 98% ਸਟੋਰੀ ਹੋਰ ਹੈ ਤੇ ਪਰਿੰਦਾ ਪਾਰ ਗਿਆ ਪਹਿਲਾਂ ਐਕਚੁਅਲੀ ਇਸ ਫਿਲਮ ਦਾ ਅਸੀਂ ਟਾਈਟਲ ਰੱਖਿਆ ਸੀ ਸੁਪਰਸਟਾਰ ਤੇ ਫਿਰ ਸਾਰੇ ਮੈਂ ਵੈਸੇ ਅੱਜ ਵੀ ਇਹ ਚਾਹੁੰਦਾ ਕਿ ਮਤਲਬ ਇਹ ਫਿਲਮ ਸੁਪਰਸਟਾਰ ਟਾਈਟਲ ਜ਼ਿਆਦਾ ਸੂਟ ਕਰਦਾ ਪਰ ਸਾਰਿਆਂ ਨੂੰ ਲੱਗਦਾ ਸੀਗਾ ਕਿ ਯਾਰ ਪੰਜਾਬ ਇੰਗ ਅੰਗਰੇਜ਼ੀ ਸ਼ਬਦ ਨਾਲ ਉਹਨਾਂ ਕਨੈਕਟ ਨਹੀਂ ਕਰਦੇ ਮਤਲਬ ਪੰਜਾਬੀ ਉਹ ਇਹਨਾਂ ਨੂੰ ਪੰਜਾਬੀ ਸ਼ਬਦ ਚਾਹੀਦਾ ਪਰਿੰਦਾ ਪਾਰ ਗਿਆ ਆਲਰੇਡੀ ਇੱਕ ਗਾਣਾ ਸੀ ਫਿਲਮ ਦੇ ਵਿੱਚ ਵੀ ਬਹੁਤ ਕਨੈਕਟ ਕਰਦਾ ਚੀਜ਼ਾਂ ਨਾਲ ਫਿਰ ਅਸੀਂ ਟਾਈਟਲ ਬਾਅਦ ਚ ਰੱਖਿਆ ਪਰਿੰਦਾ ਪਾਰ ਗਿਆ ਅੱਛੇ ਇਹਦੇ ਵਿੱਚ ਕੋਈ ਫਿਲਮ ਜਿਹੜੀ ਤੁਹਾਡੀ ਪਰਿੰਦਾ ਪਾਰ ਗਿਆ ਇਹਦੇ ਵਿੱਚ ਕੁਝ ਐਸੇ ਪਲ ਜਿਹੜੇ ਸਦਾ ਵਸਤੇ ਯਾਦ ਰਹਿ ਗਈ ਹੁਣ ਤੁਹਾਨੂੰ ਕਿ ਇਹ ਪਲ ਨਹੀਂ ਭੁੱਲ ਸਕਦੇ ਕੁਝ ਖਾਸ ਹੋ ਜਾਂਦਾ ਫਿਲਮ ਵਿੱਚ ਪਰਿੰਦਾ ਪਾਰ ਦਾ ਸ਼ੂਟ ਅਸੀਂ ਬਹੁਤ ਇੰਜੋਏ ਕੀਤਾ ਸਾਰੀ ਟੀਮ ਨੇ ਯੂਕੇ ਵਾਲਾ ਪੋਰਸ਼ਨ ਬਹੁਤ ਵਧੀਆ ਸੀਗਾ ਅਸੀਂ ਬਹੁਤ ਨਵੀਆਂ ਚੀਜ਼ਾਂ ਐਕਸਪਲੋਰ ਕੀਤੀਆਂ ਮੈਂ ਰੋਜ਼ ਮਤਲਬ ਮੇਰੇ ਮੇਰਾ ਜਿਹੜਾ ਪੂਰਾ ਅਟਾਇਰ ਸੀਗਾ ਉਹ ਉਹਦੇ 'ਚ ਜਾਣ ਲਈ ਮੈਨੂੰ 1.5 ਘੰਟਾ ਲੱਗਦਾ ਸੀ ਸਵੇਰੇ ਮਤਲਬ ਉਹ ਮਾਹੌਲ ਬਹੁਤ ਅੱਛਾ ਸੀ ਔਰ ਦੂਸਰਾ ਮੈਂ ਕਿਤੇ ਨਾ ਕਿਤੇ ਇਹ ਜ਼ਿੰਦਗੀ ਸ਼ਾਇਦ ਕਦੀ ਨਹੀਂ ਸੀ ਜੀਣੀ ਜਿਹੜੀ ਮੈਂ ਉਸ ਫਿਲਮ ਦੇ ਰਾਈ ਉਹ ਕਰੈਕਟਰ ਦੇ ਰਾਈ ਜਿਹੜੀ ਕਰੈਕਟਰ ਨਾਮ ਹੈ ਫਿਲਮ ਚ ਤੇ ਉਸ ਦੇ ਰਾਈ ਮੈਂ ਉਹ ਜੀ ਜੀ ਪਾਇਆ ਸੋ ਕਰੈਕਟਰ ਮੈਨੂੰ ਹਮੇਸ਼ਾ ਜ਼ਿੰਦਗੀ ਪਰ ਯਾਦ ਰਹੇਗਾ ਪੰਜਾਬ ਦੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੂੰਗਾ ਕਿ ਆਪਣੇ ਪੇਰੈਂਟਸ ਦਾ ਖਿਆਲ ਰੱਖੋ ਆਪਣੀ ਮਿੱਟੀ ਨੂੰ ਪਿਆਰ ਕਰੋ ਸਭ ਤੋਂ ਪਹਿਲਾਂ ਆਪਾਂ ਪੰਜਾਬੀਆਂ ਆਪਣੀ ਭਾਸ਼ਾ ਨੂੰ ਪਿਆਰ ਕਰੋ ਫਿਰ ਸਭ ਚੀਜ਼ਾਂ ਨੂੰ ਪਿਆਰ ਕਰੋ ਔਰ 24 ਨਵੰਬਰ ਨੂੰ ਸਾਡੀ ਫਿਲਮ ਆ ਰਹੀ ਹੈ ਆਪਣੇ ਕੀਮਤੀ ਸਮੇਂ ਚ ਟਾਈਮ ਕੱਢ ਕੇ ਸਾਡੀ ਫਿਲਮ ਨੂੰ ਵੀ ਜਿੰਨਾ ਤੁਸੀਂ ਅਸ਼ੀਰਵਾਦ ਦੇ ਸਕਦੇ ਹੁੰਦੇ ਹੋ ਬਿਲਕੁਲ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਫਿਲਮ ਦੇ ਵਿੱਚ ਕਿਉਂਕਿ ਫਿਲਮ ਦੇ ਵਿੱਚ ਬਹੁਤ ਖਾਸ ਚੀਜ਼ਾਂ ਜਿਹੜੀਆਂ ਨੇ ਉਹ ਪਰਤੀ ਕੀਤੀਆਂ ਗਈਆਂ ਨੇ ਜੇਕਰ ਪੰਜਾਬ ਦੇ ਨੌਜਵਾਨ ਸੋਚ ਰੱਖਦੇ ਨੇ ਤਾਂ ਉਹ ਸੋਚ ਤੇ ਅਧਾਰਤ ਉੱਤੇ ਇਹ ਫਿਲਮ ਜਿਹੜੀ ਤਿਆਰ ਕੀਤੀ ਗਈ ਹੈ 24 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਪਹੁੰਚ ਕੇ ਫਿਲਮ ਵੇਖਣਾ ਬੁੱਲਣਾ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅਮਰਸਾ